तुहाडे विच पावर है। हुण श्रोमणी कमेटी दीआं इलैक्शन आउंदीआं ने, मैं ऐलान करदा वी असीं खालसा पंथ सहित की इलैक्शन लड़ूगा। गुरद्वारिआं दे प्रबंध असीं सांभांगे, असीं पंथ दे वारस आ। ਉਹ ਜਿਹੜਾ ਜਥੇਦਾਰ ਆ ਪਿੰਡ ਦਾ ਨਾਮ ਹੈ, ਉਹ ਤੁਹਾਨੂੰ ਇਨਸਾਫ ਕਿੱਥੋਂ ਦੇ ਦੂਗਾ? ਜਿਹੜੇ ਤਿਲਾਂ ਦੇ ਵਿੱਚ ਤੇਲ ਹੀ ਨਹੀਂ, ਤੁਸੀਂ ਉੱਥੋਂ ਤੇਲ ਕਿੱਥੋਂ ਭਾਲਦੇ ਹੋ? ਉਹ ਤਾਂ ਆਪ ਲਫਾਫੇ ਦੇ ਵਿੱਚੋਂ ਲਿਖਣਿਆ ਹੋਇਆ, ਉਹ ਤੁਹਾਡੀ ਕਿੱਥੋਂ ਗੱਲ ਸੁਣ ਲੂਗਾ? ਅਸੀਂ ਆਪਦੀ ਪਾਵਰ ਨੂੰ ਪਛਾਣੋ, ਤੁਸੀਂ ਤੁਹਾਡੇ ਕੋਲੇ ਪਾਵਰ ਹੈ। ਅਸੀਂ ਪੰਥ ਦੀ ਨੁਮਾਇੰਦਗੀ ਕਰਨੀ ਹੈ, ਸਾਰੇ ਸੰਸਾਰ ਦੀ ਨੁਮਾਇੰਦਗੀ ਕਰਨੀ ਹੈ। ਅਸੀਂ ਜਿਹੜੇ ਇਹਨਾਂ ਦੇ ਚਾਬਲੂਸ ਬਣ ਕੇ ਖੜ ਜਾਂਦੇ ਹਾਂ, ਸਾਡਾ ਅਸੀਂ ਉਹ ਹਰਪ੍ਰੀਤ ਨੂੰ ਜਾ ਕੇ ਮੰਦ ਪੱਤਰ ਨਾ ਦਈਏ, ਉੱਥੇ ਅਸੀਂ ਆਪਦਾ ਜਥੇਦਾਰ ਬਿਠਾਈਏ। ਕਾਟ ਕਿਹਦੀ ਹੈ? ਮੈਂ ਤਾਂ ਕਹਿੰਦਾ ਬਾਈ ਕਾਟ ਕਰ ਦਿਓ। ਬਾਬਾ ਜੀ ਨੇ ਕਿਹਾ ਬਿਲਕੁਲ ਨਹੀਂ ਚੜ੍ਹਨਾ, ਇਹਨਾਂ ਦੇ ਨਾਲ ਜਾਣਾ ਹੀ ਨਹੀਂ। ਐਵੇਂ ਵੀ ਨਾ ਬਾਦਲ ਕਹਿੰਦੇ ਚਮਚੇ ਬਣੇ ਫਿਰਿਆ ਕਰੋ, ਉੱਥੇ ਜਾ ਕੇ ਪੁੱਜ ਜਾ ਕਰੋ ਉਹਨਾਂ ਦੇ ਵੀ ਸਾਨੂੰ ਆਹ ਦੇ ਦਿਓ ਰਸਤਾ, ਸਾਡੀ ਆਹ ਰਸਤਾ ਲਾ ਦਿਓ। ਉਹ ਢੇਕੇ ਲੱਗਦੇ ਨੇ ਰਸਤਾ ਲਾਉਣ ਦੇ, ਉਹ ਅਸੀਂ ਖੁਦ ਮਾਲਕਾ ਖਾਲਸਾ ਖੁਦ ਖਦਾਗਾ। ਆਪਾਂ ਸਾਰਿਆਂ ਨੇ ਸੁਣਿਆ ਕਿ ਸਾਡੇ ਨਾਲ ਵਿਤਕਰਾ ਹੁੰਦਾ ਹੈ, ਸਭ ਨੂੰ ਪਤਾ ਹੈ। ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਬੇਨਤੀਆਂ ਕਰਤੀਆਂ, ਉਹਨਾਂ ਨੂੰ ਵੀ ਲਿਖਤੀ ਤੌਰ ਦੇ ਉੱਤੇ ਲਿਖ ਕੇ ਦਿੱਤਾ, ਅਸੀਂ ਵੀ ਦਿੱਤਾ ਲਿਖਤੀ ਰੂਪ ਦੇ ਵਿੱਚ, ਤੁਸੀਂ ਵੀ ਦਿੱਤਾ। ਹੁਣ ਮੈਨੂੰ ਐਂ ਦੱਸੋ, ਵਾਰ ਵਾਰ ਉਹਨੂੰ ਕਿੰਨੇ ਕੁ ਵਾਰੀ ਲਿਖ ਕੇ ਦੇਣਾ? ਮੈਂ ਅਸੀਂ ਦੇ ਕੇ ਆ ਲਿਖਤੀ ਰੂਪ ਦਿੱਤਾ, ਕਿੰਨੇ ਕੁ ਵਾਰੀ ਦਿਓਗੇ? ਜਿਹੜੇ ਤਿਲਾਂ ਦੇ ਵਿੱਚ ਤੇਲ ਹੀ ਨਹੀਂ, ਤੁਸੀਂ ਉੱਥੋਂ ਤੇਲ ਕਿੱਥੋਂ ਭਾਲਦੇ ਹੋ? ਉਹ ਜਿਹੜਾ ਜਥੇਦਾਰ ਆ ਇਹਨਾਂ ਦਾ ਗੁਲਾਮ ਹੈ, ਉਹ ਤੁਹਾਨੂੰ ਇਨਸਾਫ ਕਿੱਥੋਂ ਦੇ ਦੂਗਾ? ਉਹ ਤਾਂ ਆਪ ਲਿਫਾਫੇ ਦੇ ਵਿੱਚੋਂ ਲਿਖਣਿਆ ਹੋਇਆ, ਉਹ ਤੁਹਾਡੀ ਕਿੱਥੋਂ ਗੱਲ ਸੁਣ ਲੂਗਾ? ਨਾਲੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ, ਮੀਡੀਆ ਖੜਾ, ਮੀਡੀਆ ਦੇ ਵਿੱਚ ਪ੍ਰਚਾਰ ਕਰੋ। ਇੱਥੇ ਰੰਗਰੇਟਿਆਂ ਦੀ ਗੱਲ ਨਹੀਂ, ਇੱਥੇ ਚਮਰੇਟਿਆਂ ਦੀ ਗੱਲ ਨਹੀਂ, ਇੱਥੇ ਮਜ਼੍ਹਬੀਆਂ ਦੀ ਗੱਲ ਨਹੀਂ, ਇੱਥੇ ਝਿਉਰਾਂ ਦੀ ਗੱਲ ਨਹੀਂ, ਇੱਥੇ ਜੱਟਾਂ ਦੀ ਗੱਲ ਨਹੀਂ। ਇੱਥੇ ਜਿਹੜੀ ਗੱਲ ਹੈ ਗੁਰੂ ਦੀ ਮਰਜ਼ਾਦਾ ਦੀ, ਤੁਸੀਂ ਆਪਦੀ ਪਾਵਰ ਨੂੰ ਪਛਾਣੋ ਖਾਲਸਾ ਜੀ। ਪਾਵਰ ਸਾਡਾ, ਅਸੀਂ ਉਹ ਹਰਪ੍ਰੀਤ ਨੂੰ ਜਾ ਕੇ ਮੰਦ ਪੱਤਰ ਨਾ ਦਈਏ, ਉੱਥੇ ਅਸੀਂ ਆਪਦਾ ਜਥੇਦਾਰ ਬਿਠਾਈਏ। ਅਸੀਂ ਆਪਦੀ ਪਾਵਰ ਨੂੰ ਪਛਾਣੋ, ਤੁਸੀਂ ਤੁਹਾਡੇ ਕੋਲੇ ਪਾਵਰ ਹੈ। ਅਸੀਂ ਪੰਥ ਦੀ ਨੁਮਾਇੰਦਗੀ ਕਰਨੀ ਹੈ, ਸਾਰੇ ਸੰਸਾਰ ਦੀ ਨੁਮਾਇੰਦਗੀ ਕਰਨੀ ਹੈ। ਸਤਿਗੁਰੂ ਮਹਾਰਾਜ ਨੇ ਸਾਨੂੰ ਕਲਗੀ ਤੋੜੇ ਬਖਸ਼ਿਸ਼ ਕੀਤੇ, ਸਾਥੀਆਂ ਨਾਲ ਲਾਇਆ, ਫਿਰ ਘਾਟ ਕਾਹਦੇ ਚੀਜ਼ ਦੀ ਸੜਦੀ? ਘਾਟ ਸਾਡੇ ਵਿੱਚ ਹੈ। ਅਸੀਂ ਜਿਹੜੇ ਇਹਨਾਂ ਦੇ ਚਾਬਲੂਸ ਬਣ ਕੇ ਖੜ ਜਾਂਦੇ ਹਾਂ, ਇਹਨਾਂ ਦੇ ਨਾਲ ਮਹੱਲੇ ਚੜ੍ਹ ਜਾਂਦੇ ਹਾਂ, ਘਾਟ ਕਿਹਦੀ ਹੈ? ਮੈਂ ਤਾਂ ਕਹਿੰਦਾ ਬਾਈ ਘਾਟ ਕਰ ਦਿਓ। ਬਾਬਾ ਜੀ ਨੇ ਕਿਹਾ ਬਿਲਕੁਲ ਨਹੀਂ ਚੜ੍ਹਨਾ, ਇਹਨਾਂ ਦੇ ਨਾਲ ਜਾਣਾ ਹੀ ਨਹੀਂ। ਆਪਦਾ ਕਰੋ। ਨਾਲੇ ਜਿਹੜੀ ਬਾਟੇ ਦੀ ਗੱਲ ਚੱਲਦੀ ਹੈ, ਇਹਨਾਂ ਕੋਲ ਕੋਈ ਬਾਟਾ ਬੂਟਾ ਨਹੀਂ ਹੈਗਾ, ਪਹਿਲਾਂ ਬਾਬਾ ਜੀ ਨੇ ਦੱਸਤਾ। ਜੋ ਕੁਛ ਦਿੱਤਾ ਮਹਾਰਾਜ ਨੇ ਤੁਹਾਨੂੰ ਦਿੱਤਾ ਹੈ। ਨਾਲੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਨਾਲ ਟਕਰਾਉਣ ਦੀ ਲੋੜ ਨਹੀਂ, ਤੁਸੀਂ ਟੱਕਰ 'ਚੋਂ ਬਾਹਰ ਹੋ ਜਾਓ। ਸਾਰੇ ਪੰਥ ਨੂੰ, ਸਾਰੇ ਵਰਲਡ ਨੂੰ ਪਤਾ ਚੱਲ ਚੁੱਕਿਆ ਹੈ, ਅਮਰੀਕਾ ਦੇ ਵਿੱਚ, ਕਨੇਡਾ ਦੇ ਵਿੱਚ, ਉੱਥੇ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਕੋਲ ਲੈਟਰ ਪੈਨ ਸਾਡੇ ਪਏ ਨੇ, ਸਾਰਾ ਕੁਛ ਲਿਖਤੀ ਰੂਪ ਦੇ ਵਿੱਚ। ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ, ਅਸੀਂ ਅਕਾਲ ਤਖ਼ਤ ਨੂੰ ਮੰਨਦੇ ਹਾਂ, ਉਹ ਅਕਾਲ ਤਖ਼ਤ ਦੇ ਉੱਤੇ ਬੈਠਾ, ਉਹਨੂੰ ਵੀ ਲਿਖਤੀ ਰੂਪ ਦਿੱਤਾ ਹੈ, ਪਰ ਉਹਨੇ ਕੋਈ ਗੱਲ ਨਹੀਂ ਸੁਣੀ। ਜੋ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਸਰਬੱਤ ਖਾਲਸਾ ਨੇ ਥਾਪਿਆ, ਉਹਨਾਂ ਦੀ ਕਮੇਟੀ ਨੂੰ ਅਸੀਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਹੈ, ਉਹਨਾਂ ਨੇ ਇੱਕ ਕਮੇਟੀ ਬਣਾਈ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹਨਾਂ ਕੋਲ ਗਏ ਨੇ ਉਹ ਬਾਬਾ ਬਲਵੀਰ ਸਿੰਘ ਬੁੱਢੇ ਦਲ ਦੇ ਮੁਖੀ ਨੂੰ, ਉਹਨਾਂ ਨੇ ਫੋਨ ਕੀਤਾ, ਇਸ ਮਸਲੇ ਦੇ ਉੱਤੇ ਮਿਲਣਾ ਚਾਹੁੰਦੇ ਹਾਂ, ਤੁਹਾਡੇ ਨਾਲ ਗੱਲ ਕਰਨੀ ਹੈ। ਉਹ ਭੱਜ ਗਿਆ, ਉਹਨੇ ਟਾਈਮ ਨਹੀਂ ਦਿੱਤਾ ਬਾਬੇ ਬਲਵੀਰ ਸਿੰਘ ਨੇ। ਫਿਰ ਬਾਬਾ ਗੱਜਣ ਸਿੰਘ ਕੋਲੇ ਗਏ,
ਉਹ ਸਾਫ ਮੁੱਕਰ ਗਿਆ ਹੈ। ਕਮੇਟੀ ਕੋਲੇ ਹਵਾਰੇ ਦੀ ਕਮੇਟੀ ਕੋਲੇ ਬਿਆਨ ਪਏ ਨੇ, ਪੜ੍ਹ ਲਓ। ਕਹਿੰਦਾ ਅਸੀਂ ਤਾਂ ਕਰਦੇ ਨਹੀਂ, ਵੀ ਹੋਰ ਤੁਹਾਡਾ ਪਿਓ ਕਰਦਾ ਗਾ। ਮੁੱਕਰ ਗਏ ਉਹਨਾਂ ਕੋਲੇ। ਬਾਬਾ ਵਿਧੀ ਚੰਦੀ ਆ ਬਾਬਾ ਅਵਤਾਰ ਸਿੰਘ ਨੂੰ ਵੀ ਉਹਨਾਂ ਨੇ ਟੈਲੀਫੋਨ ਕੀਤੇ, ਉਹਨੇ ਵੀ ਸਮਾਂ ਨਹੀਂ ਦਿੱਤਾ। ਇਹ ਭੱਜਦੇ ਨੇ, ਚੋਰ ਦੇ ਪੈਰ ਨਹੀਂ ਹੁੰਦੇ ਖਾਲਸਾ ਜੀ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਇਹਨਾਂ ਦੇ ਟਕਰਾਅ ਚੋਂ ਬਾਹਰ ਹੋ ਜਾਓ। ਸਾਰੀ ਕੌਮ, ਸਾਰਾ ਪੰਥ ਤੁਹਾਡੇ ਨਾਲ ਖੜਾ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਹਾਂ, ਜੇ ਤੁਸੀਂ ਇਹ ਮਸਲਾ ਹੱਲ ਕਰਾ ਲਿਆ ਨਾ, ਇੱਕ ਗੱਲ ਸੁਣ ਲਓ, ਜੇ ਇਹਨਾਂ ਨੇ ਇੱਕ ਬਾਟਾ ਕਰਤਾ, ਤੁਸੀਂ ਫੇਰ ਫਾਟੀ ਲੈ ਜਾਓਗੇ। ਲੋਕ ਤਾਂ ਪਹਿਲਾਂ ਨੂੰ ਰੱਬ ਰੱਬ ਕਰਕੇ ਪੂਜੀ ਜਾਣਗੇ, ਫੇਰ ਤਾਂ ਇਹਨਾਂ ਦਾ ਖੜੇ ਨਹੀਂ ਛੱਡਣਾ। ਤੁਸੀਂ ਫਿਰ ਉੱਥੇ ਖੜੇ ਰਹਿ ਜਾਓਗੇ, ਰੱਬ ਇਹਨਾਂ ਨੂੰ ਫੇਰ ਬਣਾ ਲੈਣਾ ਲੋਕਾਂ ਨੇ। ਇਸ ਕਰਕੇ ਇਹਨਾਂ ਨਾਲ ਟਕਰਾਉਣ ਦੀ ਬਜਾਏ ਤੁਸੀਂ ਆਪਦਾ ਸ਼ਕਤੀ ਜਿਹੜਾ ਪੱਧਰ ਹੈ ਉਹਨੂੰ ਉੱਚਾ ਕਰੋ। ਤੁਹਾਡੇ ਵਿੱਚ ਪਾਵਰ ਹੈ। ਹੁਣ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਆਉਂਦੀਆਂ ਨੇ। ਮੈਂ ਐਲਾਨ ਕਰਦਾ ਵੀ ਅਸੀਂ ਖਾਲਸਾ ਪੰਥ ਐਤਕੀ ਇਲੈਕਸ਼ਨ ਲੜੂਗਾ। ਗੁਰਦੁਆਰਿਆਂ ਦੇ ਪ੍ਰਬੰਧ ਅਸੀਂ ਸਾਂਭਾਂਗੇ, ਅਸੀਂ ਪੰਥ ਦੇ ਵਾਰਸ ਹਾਂ। ਐਵੇਂ ਨਾ ਬਾਦਲ ਕਹਿੰਦੇ ਚਮਚੇ ਬਣੇ ਫਿਰਿਆ ਕਰੋ, ਉੱਥੇ ਜਾ ਕੇ ਪੂਜੀ ਜਾ ਕਰੋ ਖੋਲਣੇ ਉਹਨਾਂ ਦੇ ਵੀ ਸਾਨੂੰ ਆਹ ਦੇ ਦਿਓ ਰਸਤਾ, ਸਾਡੀ ਆਹ ਰਸਤਾ ਲਾ ਦਿਓ। ਉਹ ਟੇਕੇ ਲੱਗਦੇ ਨੇ ਰਸਤਾ ਲਾਉਣ ਦੇ, ਉਹ ਅਸੀਂ ਖੁਦ ਮਾਲਕਾ ਖਾਲਸਾ ਖੁਦ ਖੁਦਾ ਗਾ, ਅਸੀਂ ਆਪਣੇ ਰਸਤਾ ਅਪਣਾਵਾਂਗੇ। ਸਾਡੀ ਵੀ ਰਸਤੇ ਲੱਗੀ ਹੋਈ, ਅਸੀਂ ਕਿਹੜਾ ਭੁੱਖੇ ਮਰ ਗਏ? ਸਾਡੇ ਘੋੜੇ ਪੁਰਖੇ ਮਰ ਗਏ? ਅਸੀਂ ਭੁੱਖੇ ਮਰ ਗਏ? ਬਿਲਕੁਲ ਨਹੀਂ। ਸਾਡੇ ਵਿੱਚ ਅਣਖ ਹੈ। ਜਿੰਨਾ ਚਿਰ ਬਾਦਲ ਰਹੂਗਾ, ਬਾਦਲ ਦੀ ਕਮੇਟੀ ਰਹੂਗੀ, ਅਸੀਂ ਰਸਤ ਨਹੀਂ ਲਵਾਉਂਦੇ ਜਿੱਥੇ ਬਿਲਕੁਲ ਨਹੀਂ ਲਵਾਉਣੇ। ਸਾਨੂੰ ਸੁਨੇਹੇ ਵੀ ਆਏ ਨੇ ਵੀ ਸਾਡੇ ਨਾਲ ਰਲ ਜਾਓ, ਸਾਡੀ ਗੱਲ ਕਰ ਲਓ। ਉਹ ਮੈਂ ਕਿਹਾ ਦੁਸ਼ਟੋ, ਤੁਹਾਡੀ ਬਿਲਕੁਲ ਨਹੀਂ ਗੱਲ ਕਰਨੀ, ਤੁਸੀਂ ਪੰਥ ਦੇ ਦੇਖੂ ਹੀ ਹੋ। ਅੱਜ ਲੋਕਾਂ ਨੇ ਬਾਹਰੇ ਕੱਢ ਦਿੱਤਾ ਹੈ, ਹੁਣ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣੀ ਆ। ਤੁਸੀਂ ਇਕੱਤਰ ਹੋ ਕੇ ਇਲੈਕਸ਼ਨ ਲੜੋ। ਤੁਸੀਂ ਉੱਥੇ ਜਿਹੜੀ ਪਾਰਲੀਮੈਂਟ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ, ਉਹ ਪੜ੍ਹੇ ਲਿਖੇ ਨੌਜਵਾਨ ਸਾਡੇ ਜਾਣ, ਬਾਬਾ ਜੀ ਵਿਦਵਾਨ ਬੈਠੇ ਨੇ ਸਾਡੇ ਕੋਲ, ਇਹ ਜਾਣ ਉੱਥੇ ਨੁਮਾਇੰਦੇ ਬਣ ਕੇ ਤੁਹਾਡੀ ਗੱਲ ਕਰਨ, ਸਿੱਖ ਪੰਥ ਦੀ ਗੱਲ ਕਰਨ। ਸਾਡੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ, ਅਕਾਲੀ ਫੂਲਾ ਸਿੰਘ ਵਰਗਾ ਸਾਡੇ ਵਿੱਚੋਂ ਹੀ ਸੀ ਉਹ ਵੀ, ਅਤੇ ਤਖਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਵੀ ਨਿਹੰਗ ਸਿੰਘ ਹੋਵੇ। ਜਿੰਨਾ ਚਿਰ ਨਿਹੰਗ ਸਿੰਘ ਜਥੇਦਾਰ ਬਣਦੇ ਰਹੇ ਨੇ, ਚਿੜੀ ਨਹੀਂ ਫਰਕਣ ਦਿੱਤੀ ਸਿੰਘਾਂ ਨੇ, ਜਾਦੇ ਆ ਪਜਾਮੀਆਂ ਜੀ ਵਾਲੇ ਬਣਾ ਲਏ ਨੇ, ਬੇਅਦਬੀਆਂ ਵੀ ਹੋ ਗਈਆਂ, ਸਾਰਾ ਕੁਛ ਹੋ ਗਿਆ, ਤੁਹਾਡੇ ਸਾਹਮਣੇ ਹੀ ਆ, ਕੁੱਖ ਨਹੀਂ ਤੁਹਾਨੂੰ ਦਿੰਦੇ ਇਹ ਲੈ ਕੇ। ਇਸ ਕਰਕੇ ਉੱਥੇ ਨਿਹੰਗ ਸਿੰਘ ਫੌਜ ਉਹ ਗੁਰਧਾਮਾਂ ਦੇ ਉੱਤੇ, ਅਸੀਂ ਖਾਲਸਾ ਪੰਥ ਉੱਥੇ ਬੈਠਾਂਗੇ। ਇਹਨਾਂ ਨੂੰ ਮਾਰ ਮਾਰ ਡੰਗਦੇ ਨੂੰ ਦੇਖ ਕੇ ਮੈਂ ਦਬਾਲਦੇ, ਤੁਸੀਂ ਸਾਡਾ ਸਾਥ ਦਿਓ। ਅਸੀਂ ਸਾਰੇ ਪੰਥ ਦੀ ਨੁਮਾਇੰਦਗੀ ਕਰਨੀ ਹੈ, ਅਸੀਂ ਇਕੱਲੇ ਰੰਗੇ ਰੇਟਿਆਂ ਦੀ ਨਹੀਂ, ਇਕੱਲੇ ਰਮਦਾਸੀਆਂ ਦੀ ਨਹੀਂ, ਅਸੀਂ ਸਾਰੇ ਕੌਮ ਦੀ ਨੁਮਾਇੰਦਗੀ ਕਰਾਂਗੇ। ਅਸੀਂ ਪੰਥਾਂ, ਸਤਿਗੁਰਾਂ ਨੇ ਸਾਨੂੰ ਪੰਥ ਦਾ ਨੁਮਾਇੰਦੇ, ਸਾਨੂੰ ਪੰਥ ਦੀਆਂ ਪਦਵੀਆਂ ਬਖਸ਼ਿਸ਼ ਕੀਤੀਆਂ ਨੇ। ਹਮ ਅਕਾਲੀ ਸਭ ਕੇ ਵਾਲੀ, ਹਮਰਾ ਪੰਥ ਨਿਆਰਾ ਹੈ। ਆਹ ਅਕਾਲੀ ਫੌਜ ਹੈ, ਇਹ ਤਾਂ ਸਾਰੇ ਬਾਈ ਧਾਰ ਦੀਆਂ ਫੌਜਾਂ ਨੇ, ਮਨੁਵਾਦੀ ਦੀਆਂ ਫੌਜਾਂ ਨੇ, ਜਿੰਨੇ ਦਿਲ ਬੈਠੇ ਨੇ। ਮੈਂ ਕਹਿੰਦਾ ਬਾਈ ਧਾਰ ਦੇ ਰਾਜੇ ਨੇ ਜਿਹੜੇ ਅਲੱਗ ਅਲੱਗ ਵਾਟੇ ਕਰਦੇ ਨੇ, ਤੁਸੀਂ ਫੇਰ ਉਹਨਾਂ ਬਾਈ ਧਾਰ ਦੇ ਰਾਜੇ ਨਾਲ ਰਲਦੇ ਹੋ ਜਾ ਕੇ। ਇਸ ਕਰਕੇ ਸਾਨੂੰ ਇਹਨਾਂ ਨਾਲ ਟਕਰਾਉਣ ਦੀ ਲੋੜ ਨਹੀਂ, ਬਿਲਕੁਲ ਨਹੀਂ। ਇਹਨਾਂ ਨੂੰ ਬਥੇਰੇ ਇਹਨਾਂ ਨੂੰ ਮੰਗ ਪੱਤਰ ਲਿਖ ਕੇ ਦੇਤੇ, ਬਹੁਤ ਕੁਛ ਕਰਤਾ, ਅਸੀਂ ਨਹੀਂ ਕੁਛ ਦੇਣਾ। ਹੁਣ ਸਾਡਾ ਸਿੱਕਾ ਚੱਲੂਗਾ, ਅਸੀਂ ਆਪਣੀ ਪਾਵਰ ਪਛਾਣਨੀ ਹੈ, ਅਸੀਂ ਏਕੇ ਦੇ ਵਿੱਚ ਰਹਿਣਾ ਹੈ। ਹੁਣ ਜੇ ਤੁਸੀਂ ਏਕਾ ਰੱਖੋਗੇ ਸਾਰਾ ਕੁਛ ਤੁਹਾਡਾ। ਆਉਣ ਵਾਲਾ ਸਮਾਂ ਜਿਵੇਂ ਆਮ ਆਦਮੀ ਵਾਲੇ ਝਾੜੂ ਫੇਰਤਾ, ਇਸੇ ਤਰ੍ਹਾਂ ਹੁਣ ਅਸੀਂ ਝਾੜੂ ਫੇਰ ਕੇ ਇਹਨਾਂ ਨੂੰ ਇਹ ਪੰਥ ਜੋ ਬਾਰੇ ਕਰ ਦਾਂਗੇ, ਇਹਨਾਂ ਨੂੰ ਕਟਹਿਰੇ ਦੇ। ਅੱਜ ਮੈਂ ਗੁਰੂ ਸਾਹਿਬ ਦੇ, ਤੁਸੀਂ ਬਿਲਕੁਲ ਨਾ ਇਹ ਕਹੋ ਵੀ ਸਾਨੂੰ ਇਨਸਾਫ ਦਿਓ, ਬਾਟਾ ਇੱਕ ਕਰਨ, ਬਿਲਕੁਲ ਨਾ ਤੁਸੀਂ ਕਰੋ। ਅੱਜ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਕਹਿਣਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਦੋਂ ਅਕਾਲ ਤਖਤ ਦੇ ਜਥੇਦਾਰ ਬਹਿ ਗਿਆ ਸੀ, ਇਹਨਾਂ ਦੇ ਗਲਾਂ ਦੇ ਵਿੱਚ ਸੰਗਲ ਪਾ ਕੇ ਇਹਨਾਂ ਨੂੰ ਦੋਸ਼ੀਆਂ ਦੇ ਕਟਹਿਰੇ ਵਿੱਚ ਖੜੇ ਕਰਾਂਗੇ ਵੀ ਸਾਨੂੰ ਦੱਸੋ ਕਿੱਥੇ ਮਰਜ਼ਾ ਚੱਲੀ ਆ। ਅਸੀਂ ਪਾਵਾਂਗੇ ਇਹਨਾਂ ਦੇ ਪੱਟਾਂ ਖਲ ਦੇ ਵਿੱਚ, ਬੁੱਢੇ ਦਲੀਆਂ ਦੇ ਜਿਹੜੇ ਸਾਰੇ ਬੜੇ ਕੋਈ ਹੋਵੇ ਜਥੇਦਾਰ, ਅਸੀਂ ਲਿਆਵਾਂਗੇ ਇਹਨਾਂ ਨੂੰ ਕਟਹਿਰੇ ਦੇ ਵਿੱਚ। ਜੇ ਗੋਡੇ ਰੁੜਦੇ ਨਾ ਆਉਣ ਤਾਂ ਸਾਨੂੰ ਜਿੱਥੇ ਮਰਜ਼ੀ ਨੀਵੇਂ ਥਾਵੇਂ ਕਢਾ ਦਿਓ, ਪਰ ਪਾਵਰ ਹੋਵੇ ਤੁਹਾਡੇ ਕੋਲ ਪਾਵਰ, ਤੁਸੀਂ ਪਾਵਰਫੁੱਲ ਹੋ ਜਾਓ, ਤੁਸੀਂ ਏਕਤਾ ਦੇ ਵਿੱਚ ਆ ਜਾਓ। ਐਵੇਂ ਨਾ ਇਹਨਾਂ ਦੇ ਮਗਰ ਤੁਰਿਆ ਫਿਰੋ, ਨਾ ਬਾਦਲ ਲੜੀਆਂ ਦੇ, ਕੱਖ ਨਹੀਂ ਇਹਨਾਂ ਦੇ ਪੱਲੇ ਥੱਲੇ, ਬਸ ਕੌਮ ਦੇ ਵਿੱਚੋਂ ਨਕਾਰੇ ਗਏ ਨੇ। ਹੁਣ ਤੁਸੀਂ ਆਪਦੀ ਸ਼ਕਤੀ ਨੂੰ ਇਕੱਤਰ ਕਰੋ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਾਰਸ ਹੈ, ਸਾਨੂੰ ਸਤਿਗੁਰਾਂ ਨੇ ਇਹ ਬਾਣਾ ਅਤੇ ਬਾਣੀ ਦਿੱਤੀ ਹੈ। ਅਸੀਂ ਪੂਰੀ ਪੰਥ ਦੀ, ਕੌਮ ਦੀ ਨੁਮਾਇੰਦਗੀ ਕਰਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ
जेडे कौम है सारी ਉਹ ਤੁਹਾਡੇ ਤੋਂ ਆਸਾ ਲਈ ਬੈਠੀ ਹੈ ਕਿ ਜੋ ਵੀ ਕੁਛ ਕਰਨਾ ਹੁਣ ਨਿਹੰਗ ਸਿੰਘਾਂ ਨੇ ਕਰਨਾ ਹੈ ਜੇ ਬੇਅਦਬੀਆਂ ਹਟਾਈਆਂ ਤਾਂ ਨਿਹੰਗ ਸਿੰਘਾਂ ਨੇ ਸਿੰਘੂ ਬਾਰਡਰ ਦੇ ਉੱਤੇ ਪੁੱਠੇ ਲਮਕਾ ਕੇ ਟੰਗਾਈਆਂ ਹਟਾਈਆਂ ਨੇ ਨਹੀਂ ਠੱਲਣੀ ਸੀ ਪੈਂਦੀ ਖਾਲਸਾ ਜੀ ਇਸ ਕਰਕੇ ਸਾਨੂੰ ਦੇਖੋ ਜਿੱਥੇ ਜੋਸ਼ ਹੈ ਉੱਥੇ ਹੋਸ਼ ਵੀ ਸਾਨੂੰ ਨਾਲ ਲੈ ਕੇ ਚੱਲਣਾ ਪਊਗਾ ਮੈਂ ਤਾਂ ਇਹੀ ਬੇਨਤੀ ਕਰਦਾ ਇਹਨਾਂ ਨੂੰ ਜਿਹੜਾ ਕੁਛ ਕਰਨਾ ਸੀ ਆਪਾਂ ਨੇ ਬਹੁਤ ਕੁਛ ਕਰਕੇ ਦਿੱਤਾ ਹੁਣ ਤੁਸੀਂ ਆਪਦਾ ਮੀਡੀਆ ਦੇ ਵਿੱਚ ਪ੍ਰਚਾਰ ਕਰੋ ਤੁਸੀਂ ਖੰਡੇ ਬਾਟੇ ਆਪ ਚੱਕੋ ਆਪਦੇ ਪੰਜ ਪਿਆਰੇ ਪਿੰਡ ਪਿੰਡ ਜਾ ਕੇ ਅੰਮ੍ਰਿਤ ਛਕਾਓ ਇਹਨਾਂ ਦਾ ਕਿਹੜਾ ਅੰਮ੍ਰਿਤ ਛਕਾਊਗਾ ਜਦੋਂ ਪਤਾ ਲੱਗ ਗਿਆ ਵੀ ਇਹ ਦੂਸਰ ਕਰਦੇ ਨੇ ਇਹ ਤਾਂ ਬਾਈ ਧਾਰ ਦੇ ਰਾਜੇ ਨੇ ਕੁਛ ਇਹਨੇ ਨਹੀਂ ਇਹਨਾਂ ਕੋਲੇ ਜਾਣਾ ਇਸ ਕਰਕੇ ਤੁਸੀਂ ਆਪਣੀ ਪਾਵਰ ਵਧਾਓ ਆਪਣਾ ਪ੍ਰਚਾਰ ਤਕੜਾ ਕਰੋ ਏਕਤਾ ਦੇ ਵਿੱਚ ਆਓ ਗੁਰੂ ਕਿਰਪਾ ਕਰਨਗੇ ਹੁਣ ਆਉਣ ਵਾਲਾ ਸਮਾਂ ਤੁਹਾਡਾ ਹੈ ਤੁਸੀਂ ਪੰਥ ਹੋ ਇਹ ਪੰਥ ਨਹੀਂ ਹੈਗਾ ਇਹ ਬਾਈ ਧਾਰ ਦੇ ਰਾਜੇ ਨੇ ਅੱਜ ਸੁਣ ਲਓ ਕੱਲ੍ਹ ਨੂੰ ਸੁਣ ਲਓ ਇਹ ਬਾਈ ਧਾਰ ਦੇ ਅਸੀਂ ਰਾਜਿਆਂ ਦੀ ਇਹਨਾਂ ਨੂੰ ਉਹਨਾਂ ਦੀਆਂ ਫੌਜਾਂ ਨੇ ਕੋਈ ਗੁਰੂ ਕੀਆਂ ਲਾਡਲੀਆਂ ਫੌਜਾਂ ਨਹੀਂ ਹੈਗੀਆਂ ਆਹ ਗੁਰੂ ਕੀਆਂ ਲਾਡਲੀਆਂ ਫੌਜਾਂ ਖਾਲਸਾ ਆਹ ਬੈਠਾ ਗਾ ਜਿਹੜੀ ਇਕੱਤਰਤਾ ਪੰਥ ਦੀ ਹੈ ਤੁਸੀਂ ਉਹਦੇ ਵਿੱਚ ਆ ਜਾਓ ਆਪਣੀ ਪਾਵਰ ਨੂੰ ਪਛਾਣੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੇ ਆਉਣਾ ਜੀ ਹਲੇ ਆਉਣਾ ਇੱਕ ਮਿੰਟ ਬਾਬਾ ਜੀ ਹਲੇ ਆਉਣਾ